ਕਿਸਾਨੀ ਅੰਦੋਲਨ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਹਾਲਾਤ ਤਣਾਅਪੂਰਵਕ ਹੈਗੇ ਨੇ। ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਖਾਸ ਤੌਰ ਦੇ ਉੱਤੇ ਸੁਰੱਖਿਆ ਬਲ ਉੱਥੇ ਤੈਨਾਤ ਕੀਤੇ ਗਏ ਨੇ। ਪਹਿਲੇ ਦਿਨ ਤੋਂ ਹੀ ਇਹ ਸੁਰੱਖਿਆ ਬਲ ਇਸ ਬਾਰਡਰ ਦੇ ਉੱਤੇ ਤੈਨਾਤ ਨੇ, ਜਿਸ ਤੋਂ ਬਾਅਦ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ। ਅਜੇ ਤੱਕ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਹੀ ਬੈਠੇ ਨੇ ਅਤੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਖੈਰ, ਇਹ ਹਾਲਾਤ ਜਿਹੜੇ ਬਣੇ ਹੋਏ ਨੇ ਉਸ ਦੇ ਉੱਤੇ ਰਵਨੀਤ ਬਿੱਟੂ ਜਿਹੜੇ ਲੁਧਿਆਣੇ ਤੋਂ ਕਾਂਗਰਸ ਦੇ MP ਨੇ, ਉਹ ਜ਼ਰੂਰ ਬੋਲਦੇ ਨਜ਼ਰ ਆ ਰਹੇ ਨੇ, ਕੇਂਦਰ ਸਰਕਾਰ ਨੂੰ ਸਿੱਧੀ ਵਾਰਨਿੰਗ ਦਿੰਦੇ ਨਜ਼ਰ ਆ ਰਹੇ ਨੇ। ਇਹ ਜੇ ਇਹੀ ਰਵੱਈਆ ਰਿਹਾ ਤਾਂ ਉਹਨਾਂ ਦੀ ਬਰਦਾਸ਼ਤ ਸ਼ਕਤੀ ਖਤਮ ਹੋ ਜਾਵੇਗੀ। ਔਰ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਕਿਸਾਨਾਂ ਦੇ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ। ਜਿਹੜੇ ਸੁਰੱਖਿਆ ਬਲ ਸਰਹੱਦਾਂ ਦੇ ਉੱਤੇ ਦੇਸ਼ ਦੀ ਰੱਖਿਆ ਕਰਦੇ ਨੇ, ਉਹ ਹੁਣ ਕਿਸਾਨਾਂ ਦੇ ਉੱਤੇ ਬੰਬ ਗੋਲੇ ਵਰਾਉਂਦੇ ਪਏ ਨੇ। ਰਵਨੀਤ ਬਿੱਟੂ ਨੇ ਸਾਫ਼ ਇਲਜ਼ਾਮ ਲਗਾਇਆ ਔਰ ਨਾਲ ਦੇ ਨਾਲ ਕਿਹਾ ਹੈ ਕਿ ਜੋ ਹਾਲਾਤ ਪਿਛਲੇ ਸੰਘਰਸ਼ ਦੇ ਵਿੱਚ ਬਣੇ ਸੀ ਉਹੀ ਹਾਲਾਤ ਹੁਣ ਦੁਬਾਰਾ ਬਣਦੇ ਨਜ਼ਰ ਆ ਰਹੇ ਨੇ। ਕਿਸਾਨਾਂ ਦੀਆਂ ਮੰਗਾਂ ਨੂੰ ਨਾਜਾਇਜ਼ ਨਹੀਂ ਠਹਿਰਾਇਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਹੀ ਨੇ, ਜਿਨ੍ਹਾਂ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਮੋਹਰ ਲਗਾਈ ਸੀ, ਜਿਸ ਤੋਂ ਬਾਅਦ ਵਾਅਦਾ ਕਰਕੇ ਅਤੇ ਲਿਖਤੀ ਚਿੱਠੀ ਭੇਜੀ ਗਈ ਸੀ ਅਤੇ ਉਸ ਚਿੱਠੀ ਤੋਂ ਕੇਂਦਰ ਦੀ ਸਰਕਾਰ ਮੁੱਕਰੀ ਹੈ। ਰਵਨੀਤ ਬਿੱਟੂ ਨੇ ਇਹ ਇਲਜ਼ਾਮ ਲਗਾਇਆ। ਉਹਨਾਂ ਨੇ ਸਾਫ਼ ਕਿਹਾ ਆ ਕਿ ਮੌਜੂਦਾ ਕੇਂਦਰ ਸਰਕਾਰ ਕਿਸਾਨਾਂ ਨਾਲ ਧਰੋ ਕਰ ਰਹੀ ਹੈ ਔਰ ਇਸ ਤਰ੍ਹਾਂ ਦਾ ਵਤੀਰਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰ ਰਵਨੀਤ ਬਿੱਟੂ ਵੀ ਕਾਂਗਰਸ ਨਾਲ ਤਾਲੁਕ ਰੱਖਦੇ ਨੇ। ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਜੋ ਕਿਸਾਨਾਂ ਦੀ ਮੁੱਖ ਮੰਗ ਹੈ, ਜੋ ਸਵਾਮੀਨਾਥਨ ਰਿਪੋਰਟ ਦੇ ਆਧਾਰ ਦੇ ਉੱਤੇ ਕਾਨੂੰਨੀ ਪਾਲਿਸੀ ਬਣਾਉਣ ਦੀ ਗੱਲ ਕਿਸਾਨ ਕਰ ਰਹੇ ਨੇ, ਉਸ ਸਵਾਮੀਨਾਥਨ ਰਿਪੋਰਟ ਨੂੰ ਕਾਂਗਰਸ ਪਾਰਟੀ ਨੇ ਨਾਕਾਰ ਦਿੱਤਾ ਸੀ ਆਪਣੀ ਸਰਕਾਰ ਵੇਲੇ। ਉਸ ਰਿਪੋਰਟ ਨੂੰ ਨਾਕਾਰ ਕੇ ਅਤੇ ਕਿਸਾਨਾਂ ਦੀ ਇਸ ਸਭ ਤੋਂ ਵੱਡੀ ਮੰਗ ਨੂੰ ਨਜ਼ਰਅੰਦਾਜ਼ ਕਰਨ ਵਾਲੀ ਪਾਰਟੀ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ, ਜਿਹੜੀ ਅਜੇ ਤੱਕ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਵਾ ਸਕੀ। ਔਰ ਹੁਣ ਜਦੋਂ ਕਿਸਾਨ ਸੰਘਰਸ਼ ਕਰ ਰਹੇ ਨੇ ਤਾਂ ਮਹਿਜ਼ ਸਿਆਸੀ ਰੋਟੀਆਂ ਸੇਕਣ ਦੇ ਵਾਸਤੇ ਕਿਸਾਨਾਂ ਦੇ ਹੱਕ ਦੇ ਵਿੱਚ ਡਟਦੀ ਇਹ ਪਾਰਟੀ ਨਜ਼ਰ ਆ ਰਹੀ ਹੈ। ਔਰ ਇਸੇ ਤਰ੍ਹਾਂ ਬਾਕੀ ਪਾਰਟੀਆਂ ਵੀ ਜ਼ਰੂਰ ਕਿਸਾਨਾਂ ਦਾ ਹੱਕ ਭਰਦੀਆਂ ਨਜ਼ਰ ਆ ਰਹੀਆਂ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਕਾਰਜਕਾਲ ਯਾਦ ਕਰ ਲੈਣਾ ਚਾਹੀਦਾ, ਭਾਵੇਂ ਉਹ ਸੂਬਾ ਪੱਧਰ 'ਤੇ ਹੋਵੇ ਭਾਵੇਂ ਉਹ ਨੈਸ਼ਨਲ ਪੱਧਰ 'ਤੇ ਹੋਵੇ। ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਉਹੀ ਹੈ ਜਿਸਨੇ ਸਵਾਮੀਨਾਥਨ ਦੀ ਰਿਪੋਰਟ ਨੂੰ ਇਨਕਾਰ ਕਰ ਦਿੱਤਾ ਸੀ, ਨਾਕਾਰ ਦਿੱਤਾ ਸੀ, ਰੱਦ ਕਰ ਦਿੱਤਾ ਸੀ। ਖੈਰ, ਇਹਨਾਂ ਚਰਚਾਵਾਂ ਨੂੰ ਲੈ ਕੇ ਰਵਨੀਤ ਬਿੱਟੂ ਜ਼ਰੂਰ ਹੁਣ ਬੋਲਦੇ ਨਜ਼ਰ ਆਏ ਨੇ। ਸਿਆਸੀ ਬਹਾਅ ਦੇ ਵਿੱਚ ਹੱਥ ਧੋਂਦੇ ਕਾਂਗਰਸ ਪਾਰਟੀ ਦੇ ਆਗੂ ਜ਼ਰੂਰ ਬੋਲਦੇ ਪਏ ਨੇ ਕਿ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ, ਕਿਸਾਨਾਂ ਦੇ ਨਾਲ ਗਲਤ ਵਤੀਰਾ ਕੀਤਾ ਜਾ ਰਿਹਾ ਆ। ਔਰ ਇੱਥੇ ਇਹ ਵੀ ਦੱਸ ਦੇਣਾ ਚਾਹੀਦਾ ਜੋ ਹਾਲਾਤ ਹੁਣ ਬਣਦੇ ਨਜ਼ਰ ਆ ਰਹੇ ਨੇ ਉਹੀ ਹਾਲਾਤ ਕਾਂਗਰਸ ਦੇ ਵੇਲੇ ਵੀ ਬਣਦੇ ਨਜ਼ਰ ਆਏ ਸੀ, ਪਰ ਉਸ ਵੇਲੇ ਵੀ ਕਾਂਗਰਸ ਪਾਰਟੀ ਨੇ ਸੁਰੱਖਿਆ ਬਲਾਂ ਦੀ ਮਦਦ ਦੇ ਨਾਲ ਹੀ ਇਹਨਾਂ ਮਾਮਲਿਆਂ ਨਾਲ ਨਜਿੱਠਿਆ ਸੀ। ਔਰ ਨਾਲ ਦੀ ਨਾਲ ਜੇ ਕਿਸਾਨੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਅੰਦੋਲਨ ਦੇ ਵਿੱਚ ਮੁੱਖ ਮੰਗਾਂ ਕਾਂਗਰਸ ਪਾਰਟੀ ਵੀ ਮੰਨਣ ਲਈ ਤਿਆਰ ਨਹੀਂ ਸੀ। ਖੈਰ, ਇਹਨਾਂ ਗੱਲਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਹਮਣੇ ਆਉਂਦਾ ਉਹ ਸਮਾਂ ਦੱਸੇਗਾ। ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਲੜਾਈ ਕੀ ਕਹਿੰਦੀ ਹੈ ਉਹ ਆਉਂਦੇ ਵਕਤ ਦੇ ਵਿੱਚ ਪਤਾ ਲੱਗ ਜਾਵੇਗਾ, ਪਰ ਫਿਲਹਾਲ ਜੋ ਸਿਆਸੀ ਟਿੱਪਣੀਆਂ ਹੋ ਰਹੀਆਂ ਨੇ ਉਸ ਦੇ ਵਿੱਚ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਉਂਦਾ, ਜਿਸ ਦੇ ਵਿੱਚ ਉਹ ਕੇਂਦਰ ਦੀ ਸਰਕਾਰ ਦੇ ਉੱਤੇ ਹਮਲਾ ਕਰਦੇ ਨਜ਼ਰ ਆਉਂਦੇ ਨੇ। ਕਿਹਾ ਕਿ ਜੇ ਇਹੀ ਰਵੱਈਆ ਰਿਹਾ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਹਰਗਿਜ਼ ਬਰਦਾਸ਼ਤ ਨਹੀਂ ਹੋਵੇਗਾ ਅਤੇ ਇੱਦਾਂ ਨਾ ਹੋਵੇ ਕਿ ਸਬਰ ਦਾ ਜਿਹੜਾ ਬੰਨ ਹੈ ਉਹ ਟੁੱਟ ਜਾਵੇ। ਪਰ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਬਹੁਤ ਹੀ ਘੱਟ ਲੀਡਰ ਜਿਹੜੇ ਨੇ ਵਿਰੋਧੀ ਪਾਰਟੀਆਂ ਦੇ ਉਹ ਇਹੋ ਜਿਹੇ ਨੇ ਜਿਹੜੇ ਇਸ ਅੰਦੋਲਨ 'ਚ ਕਿਸਾਨਾਂ ਦੇ ਕੋਲ ਪਹੁੰਚੇ ਨੇ ਔਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ। ਜ਼ਰੂਰ ਆਪਣੇ ਘਰ ਤੋਂ ਜਾਂ ਆਪਣੇ ਦਫ਼ਤਰਾਂ ਦੇ ਵਿੱਚੋਂ ਵੀਡੀਓਜ਼ ਜ਼ਰੀਏ ਬਿਆਨ ਦੇ ਕੇ ਜ਼ਰੂਰ ਕਿਸਾਨਾਂ ਦਾ ਪੱਖ ਪੂਰ ਰਹੇ ਨੇ, ਪਰ ਅਜੇ ਤੱਕ ਗਰਾਊਂਡ ਜ਼ੀਰੋ 'ਤੇ ਆ ਕੇ ਕਿਸਾਨਾਂ ਨਾਲ ਖੜ੍ਹਨ ਵਾਲੇ ਲੀਡਰਾਂ ਦੇ ਵਿੱਚ ਵੀ ਕਈ ਇਹੋ ਜਿਹੇ ਲੀਡਰ ਨੇ ਉਹ ਸ਼ੁਮਾਰ ਨਹੀਂ ਹੋ ਸਕੇ। ਜੋ ਵੀ ਹੋਏਗਾ ਆਉਂਦੇ ਸਮੇਂ ਦੇ ਵਿੱਚ ਉਹ ਸਾਹਮਣੇ ਆ ਜਾਵੇਗਾ। ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ, ਮੋਰਚੇ ਲਗਾਏ ਹੋਏ ਨੇ, ਦਿੱਲੀ ਵੱਲ ਜਾਣ ਦੀ ਤਿਆਰੀ ਜਿਹੜੀ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ, ਪਰ ਦਿੱਲੀ ਜਾਇਆ ਜਾਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ।
Subscribe to One India channel and never miss an update.